ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਠੀਕ ਹੋਵੋਗੇ ਤੇ ਅੱਜ ਆਪਾਂ ਹਾਂਜੀ ਅੱਜ ਆਪਾਂ ਚੱਲੇ ਹਾਂ ਮੋਟਰਸਾਈਕਲ ਤੇ GPS ਲਵਾਉਣ GPS ਟਰੈਕਰ ਜਿਹੜਾ ਹੁੰਦਾ ਆ ਉਹ ਲਵਾਉਣ ਚੱਲੇ ਹਾਂ ਤੇ ਉਹਦੇ ਨਾਲ ਆਪਣਾ ਮੋਟਰਸਾਈਕਲ ਚੋਰੀ ਨਹੀਂ ਹੋਊਗਾ ਹੁਣ ਤੇ ਅੱਜ ਹੁਣ ਚੋਰਾਂ ਦੀ ਖੈਰ ਨਹੀਂ ਹੈਗੀ ਹੁਣ ਜਿੱਥੇ ਮਰਜ਼ੀ ਮੋਟਰਸਾਈਕਲ ਲੱਗ ਜਾਇਆ ਕਰ मुंडा चीर देना सुता उठ ही आया सुता उठ ही आया हूं असी वेट कर रहे हैं बंदे की जिन्हें लाना है ਉਦਾਂ ਇਹ ਕਹਿੰਦਾ ਘਰੇ ਹੀ ਲੈ ਆਉਂਦੇ ਹੁੰਦੇ ਆ ਪਰ ਇੱਥੇ ਤਿੰਨ ਜਣਾਂ ਦੇ ਕਿਸੇ ਦੇ ਲੋਨ ਆਇਆ ਮੈਂ ਘਰੇ ਲੈ ਆਉਂਦਾ ਵਧੀਆ ਇਹਨਾਂ ਸੋਹਣਾ ਕਾਹਦਾ ਲੱਗਦਾ ਇਹਨਾਂ ਇਹਦੇ ਕਰਕੇ ਲੱਗਦਾ ਸੋਹਣਾ ਇਹ ਕਪੂਰਤੀ ਦਿਖਾ ਮੂੰਹ ਕਰੋ ਐਨ ਇਹਦੇ ਕਰਕੇ ਸੋਹਣਾ ਲੱਗ ਰਿਹਾ ਤੁਸਾਂ ਤੈਨੂੰ ਅੱਜ ਤੂੰ ਬਾਕੀ ਤਾਂ ਰਹਿ ਤਾਂ ਖੂੰਹ ਦੀ ਹੈ ਸਾਰੇ ਭਾਈ ਹੁਣੇ ਆ ਗਏ ਸੀ ਲੋਨ ਦਿਖਾਉਂਦੇ ਹਾਂ ਰਿਦੈਂਟ ਹੋਣਾ ਕਿੱਥੇ ਲਾਇਆ ਆਹ ਡਿਵਾਈਸ ਹੁੰਦਾ ਭਾਜੀ GPS ਹਲਕੀ ਆ ਹੋਰ ਮਾਮਾ ਇੱਥੇ ਕੀ ਇੱਟਾਂ ਰੱਖੀਆਂ कमजोरी पई है तेन पहाड़ा चाहे हुए पहाड़ जी किड्डा वड्डा सामने अच्छा ਉਦਾਂ ਹੀ ਦਿਖਾ ਦੇਣਾ ਹੈਗਾ ਵੀ ਕੀ ਹਿਸਾਬ ਦਾ ਹੁੰਦਾ ਪਰ ਇਹ GPS ਨਹੀਂ ਦਿਖਾ ਸਕਦੇ ਕਿੱਥੇ ਲਾਇਆ ਹਾਂ ਕੱਲ ਸਾਡਾ ਕੇ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਵੇ ਇਸ ਕਰਕੇ ਹੀ ਦਿਖਾਣੇ ਸਾਰੇ ਤੁਹਾਨੂੰ ਲਾਸਟ ਹੀ ਫੀਚਰ ਦਿਖਾਵਾਂਗੇ ਉਹਦੇ ਕੀ ਫੀਚਰ ਆ ਕੀ ਹਿਸਾਬ ਦਾ ਵਾ
चलो करो दे ना, तेरे नाची रे, तेरे नाची रे, दे ना। ओए नहीं ओ दे दे ना, ये तो मामा तू मेरी मिनट दी जाना, दे तो रहा ना तू क्या वो पुंडी पार्टी चल रही है, पेप्सी पार्टी, मेरी ड्यू पार्टी। हाँ जी भाजी, इस पैसे भी होने, एक मिनट इच 250 ml प्लस 150 ml फ्री है, नहीं स्कैम हो जाते मम्मा, 150 ml और पाती है उदा है, रेट कोगे तो भी होड़ी करती है ना, 400 ml करती है। हेलो भाई, नहीं रुपया होया अंदर, नहीं गड्डी हिलदी है, नहीं हिलदी इचो, एक तो नहीं स्क्रीन पता सोच तो पहले दे ਆਪਣੇ ਟਰੈਕਰ ਲੱਗ ਚੁੱਕਾ ਆ ਤੇ ਹੁਣ ਅਸੀਂ ਘਰੇ ਜਾਂਦੇ ਪਏ ਆ, ਤੁਹਾਨੂੰ ਘਰੇ ਆ ਕੇ ਫੀਚਰ ਦਿਖਾਉਂਦੇ ਆ ਜੇ ਕੀ ਹੈਗੇ ਆ। ਇਸ ਧੁੱਪੋਂ ਧੁੱਪ 'ਚ ਪਤਾ ਲੱਗਦਾ ਪਿਆ ਸਕਰੀਨ ਨਹੀਂ ਆਉਣ ਦੀ ਪ੍ਰੋਪਰ। ਕਹਿੰਦੇ ਮੇਰੇ ਵੀਰੇ ਉਹ ਕਾਲਾ ਪਿੰਡ ਆ ਚੁੱਕਿਆ ਏ, ਸਾਡਾ ਮੁੰਡਾ ਰਾਹ ਜਾਂਦਾ ਰਹੇ, ਸੌਂ ਗਿਆ ਯਾਰ, ਰਸਤੇ 'ਚ ਸੌਂ ਗਿਆ, ਬੇਹੋਸ਼ ਹੋ ਗਿਆ ਸੀ, ਕਹਿੰਦੇ ਬੇਹੋਸ਼ ਹੋ ਗਿਆ ਸੀ ਤੂੰ, ਏ ਮੈਂ ਤੂੰ ਸੁੱਤਾ ਪਿਆ ਲੁੱਚਾ ਲੱਗਦਾ ਪਿਆ, ਕੱਟ ਦੇ ਇਹ ਕਿਹੜੇ ਮਾੜੇ ਨਾਈ ਤੋਂ ਕੱਟ ਪਾਇਆ, ਉੱਠ ਗਿਆ ਓਏ ਮੇਲਾ ਬਾਬੂ, ਉੱਠ ਗਿਆ ਮੇਲਾ ਬਾਬੂ, ਉੱਠ ਗਿਆ ਮੋਟਰਸਾਈਕਲ ਹੁਣ ਹੋ ਗਿਆ ਜੀ ਬੰਦ, ਸਟੋਪਡ ਹੋ ਗਿਆ ਅਤੇ 2:10 'ਤੇ ਸਟੋਪਡ ਆ ਕਰਤਾਰਪੁਰ ਦੇ ਵਿੱਚ, ਅਤੇ ਆਹ ਚਾਬੀ ਦਾ ਕੀ ਹਿਸਾਬ ਤਾ, ਨਾਲ ਗੁਰਦੁਆਰਾ ਗੰਗਸਰ ਸਾਹਿਬ ਕਾਹਵਾਂ ਰੋਡ, ਸਹੀ ਗੱਲ ਆ, ਸਹੀ ਹੈ ਬਿਲਕੁਲ ਸਹੀ ਜਾ ਰਹੇ ਆ, ਇੱਦਾਂ ਨਹੀਂ ਆਉਣਾ ਪੂਰਾ ਜਮਾ ਕਿੱਥੇ ਆ, ਇਹਨਾਂ ਦੱਸ ਦੇਣਾ ਕਿੱਥੇ ਆ, ਮਾਮਾ ਸਹੀ ਪਤਾ ਲੱਗਦਾ ਰਿਹਾ ਕਿੱਥੇ ਆ, ਕਾਹਵਾਂ ਰੋਡ ਆਪਣੇ ਬੈਕ ਸਾਈਡ, ਹਾਂ ਭਰਾਵਾ ਕਿੱਥੇ ਰਹਿ ਗਏ, ਆਹ ਆਪਣੀ ਸਰਾਂ ਆ ਗਈ ਦੂਜੀ ਵੱਡੀ ਵਾਲੀ, ਪਰ ਹੁਣ ਫੀਲ ਪੂਰੇ ਬਣਾ ਆਪਾਂ ਇਹਨਾਂ ਬੜੇ ਜਸਤੀ ਮਿਲੂ, ਵਧੀਆ ਲੋਕੇਸ਼ਨ ਪਤਾ ਲੱਗ ਗਈ। ਹੁਣ ਹੋਰ ਕਾਲ ਦਾ ਕੀ ਸਿਸਟਮ ਹੈ ਇਹਦੇ 'ਚ, ਕਸਟਮਰ ਕੇਅਰ ਦਾ ਨਹੀਂ ਫੋਨ ਲੱਗਦਾ ਕਿਤੇ, ਕਸਟਮਰ ਕੇਅਰ ਦਾ ਫੋਨ ਆ, ਅਤੇ ਆ ਜੀ ਪੀ ਐੱਸ ਇਹਦੇ 'ਚ ਜੂਮ ਹੋ ਜਾਣਾ, ਆ ਪਾਰਕਿੰਗ ਆ, ਜਦੋਂ ਇਹਨੂੰ ਪਾਰਕਿੰਗ ਐਕਟੀਵੇਟ ਕਰ ਦਾਂਗੇ ਫਿਰ ਇਹਨੇ ਦੂਜਾ ਕੀ ਇਹਨੂੰ ਕਹਿੰਦੇ ਹੁੰਦੇ ਕੀ ਚੱਲ ਲਾਪਣਾ, ਵਾਰਨਿੰਗ ਦੀ ਵਾਰਨਿੰਗ ਦੀ ਲਾਪਣੀ, ਬੀਪ ਬੀਪ ਚਲਾ ਪੈਣੇ, ਟੂ 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 ਟੂ, ਆ ਸੇਵਾ ਕੇਂਦਰ ਬਿਲਕੁਲ ਨਾਲ ਸਾਡੇ ਯਾਰ, ਤੂੰ ਕੀ ਬੜਾ ਤੇਜ਼ ਆ, ਕਿੱਥੇ ਲੁਕੋ ਗਿਆ ਵੀ ਰਿਮੋਟ, ਦੇਖੋ ਬਹੁਤ ਫਾਇਦਾ ਚੀਜ਼ ਦਾ, ਇਹਦੇ 'ਚ ਹਜੇ ਕੀ ਮਾਡਲ ਪੁਰਾਣਾ ਹੈ, ਇਹਦੇ 'ਚ ਔਨ ਆਫ ਵਾਲਾ ਸਿਸਟਮ ਹੈ ਨਹੀਂ, ਤੁਸੀਂ ਇੱਧਰ ਤੁਸੀਂ ਔਨ ਆਫ ਨਹੀਂ ਕਰ ਸਕਦੇ, ਜੇ ਜਿੱਦਾਂ ਕਿ 19 ਮਾਡਲ ਹੋ ਗਿਆ, 20 ਮਾਡਲ ਹੋ ਗਿਆ, ਟੋਪ ਮਾਡਲ ਆ ਜਿਹੜੇ, ਉਹ ਇਹਦੇ ਥਰੂ ਬੰਦ ਹੋ ਜਾ ਕਰਨਗੇ ਇੱਥੋਂ, ਇੱਥੇ ਬੰਦ ਹੋ ਜਾ ਕਰਨਗੇ ਇੱਥੇ, ਪੁਰਾਣੇ ਮਾਡਲ ਕਰਕੇ ਇੱਦਾਂ ਥੋੜ੍ਹਾ ਜਿਹਾ ਹੋ ਰਿਹਾ ਹੈ, ਬਹੁਤ ਘੈਂਟ ਚੀਜ਼ ਆ ਜੀ। ਕਿੱਦਾਂ ਲੱਗਾ ਤੁਹਾਨੂੰ ਸਾਡਾ ਵਲੋਗ, ਸਾਰੇ ਮੇਰੇ ਭਰਾ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਸਾਡੀ ਗਲਤੀ ਹੋਈ ਉਹ ਵੀ ਜ਼ਰੂਰ ਦੱਸਿਓ, ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਇੰਸਟਾਗ੍ਰਾਮ 'ਤੇ ਵੀ ਸਾਨੂੰ ਜ਼ਰੂਰ ਫੋਲੋ ਕਰਿਓ, ਮੈਂ ਆਪਣੀ ID ਥੱਲੇ ਮੈਂਸ਼ਨ ਕਰ ਦੂੰਗਾ।